इन्हें बहुजन समाज पार्टी पंजाब के प्रधान जसवीर गढ़ी जी जिन्होंने फगवाड़ा नूं जिला बनाए जाने की वकालत कर रहे कांग्रेसी सरकार के आगुओं की जम के आलोचना की। उन्होंने कांग्रेसी आगुओं लम्मे हथी लेंदे कहा कि जदों इन्हां दी सरकार हुंदी है या भाजपा की सरकार हुंदी है तां उदों इह नवें जिले बनाउण की गल आखदे ने। जिवें बटाला दे विच तृप्त रजिंदर बाजवा ਅਤੇ ਸੁਖਜਿੰਦਰ ਰੰਧਾਵਾ ਵੱਲੋਂ ਦੋਵੇਂ ਮੰਤਰੀ ਨੇ ਪੰਜਾਬ ਦੇ ਇਹਨਾਂ ਨੇ ਮੰਗ ਕੀਤੀ ਹੈ ਕਿ ਬਟਾਲਾ ਨੂੰ ਜ਼ਿਲ੍ਹਾ ਬਣਾਇਆ ਜਾਵੇ ਅਤੇ ਹੁਣ ਫਗਵਾੜਾ ਨੂੰ ਜ਼ਿਲ੍ਹਾ ਬਣਾਉਣ ਦੀ ਮੰਗ ਜਿਹੜੀ ਹੈ ਕੇਂਦਰੀ ਰਾਜ ਮੰਤਰੀ ਭਾਜਪਾ ਦੇ ਜਿਹੜੇ ਆਗੂ ਨੇ ਸੋਮ ਪ੍ਰਕਾਸ਼ ਜੀ ਵੱਲੋਂ ਜਿਹੜੀ ਹੈ ਸਮਰਥਨ ਕੀਤਾ ਜਾ ਰਿਹਾ ਕਿ ਫਗਵਾੜਾ ਨੂੰ ਵੀ ਜ਼ਿਲ੍ਹਾ ਬਣਾਇਆ ਜਾਵੇ। ਜਸਵੀਰ ਗੜੀ ਨੇ ਕਿਹਾ ਕਿ ਇਹ ਉਦੋਂ ਲੋਕ ਕਿੱਥੇ ਹੁੰਦੇ ਨੇ ਜਦੋਂ 10-10 ਸਾਲ ਸੱਤਾ ਵਿੱਚ ਰਹਿੰਦੇ ਨੇ ਅਤੇ ਜਦੋਂ ਸੱਤਾ ਵਿੱਚ ਹੁੰਦੇ ਉਦੋਂ ਇਹਨਾਂ ਨੂੰ ਲੋਕਾਂ ਦਾ ਖਿਆਲ ਨਹੀਂ ਆਉਂਦਾ। ਉਹਨਾਂ ਨੇ ਇਸ ਮੁੱਦੇ 'ਤੇ अपने खुल के विचार जिहड़े ने प्रगट किए की क्या जसवीर गड़ी ने आओ तुहानू सुनांदे आ। ਭਾਜਪਾ ਪਾਰਟੀ ਅੱਜ ਵਿਸ਼ਾਲ ਰੈਲੀ ਨੱਥੀ ਗਸਤ ਦੀ ਕੀਤੀ ਅੱਖ ਜਗਾਓ ਅੱਜ ਧੰਨਵਾਦ ਕਰਨ ਲਈ ਵਰਕਰ ਜਿਹੜੇ ਫਗਵਾੜੇ ਦੇ ਬੁਲਾਏ ਸੀ ਔਰ ਇਹਦਾ ਧੰਨਵਾਦ ਕੀਤਾ ਗਿਆ ਔਰ ਜਿਹੜਾ ਫਗਵਾੜੇ ਦੇ ਵਿੱਚ ਜਿਹੜਾ ਰਾਜਨੀਤਿਕ ਜਿਹੜਾ ਘਟਨਾਕ੍ਰਮ ਹੋਇਆ ਭੈਣ ਮਾਇਆਵਤੀ ਜਿਹੜਾ ਇੱਥੇ ਸ਼ੀਰਵਾਦ ਚੋਣ ਲੜਨ ਲਈ ਮਿਲਿਆ ਆ ਉਹਦੇ ਤਹਿਤ ਜਿਹੜਾ ਵਰਕਰਾਂ ਦੇ ਨਾਲ ਮੰਥਨ ਕੀਤਾ ਗਿਆ उस मंथन में यह निकल के आया कि जिहड़ा कांग्रेस और भाजपा पंजाब दे विच लव लैटर लिखण लगी हुई है एक दूजे नूं वो लव लैटर लिख रही है कि बटाले नूं जिला बनाया जाए फगवाड़े नूं जिला बनाया जाए तो बहुजन समाज पार्टी ने पूरे इलाके का सर्वे किया। इलाके के लोग यह पुछना चाहते आ मानयोग केंद्रीय मंत्री सोम प्रकाश जी भी तुसीं 10 साल सत्ता च रहे आ उदों फगवाड़ा जिला क्यों ना बनाया। ਜਿਹੜਾ ਤੁਸੀਂ ਅੱਜ ਲਵ ਲੈਟਰ ਲਿਖ ਰਹੇ ਆ ਪੱਤਰਾਚਾਰ ਕਰ ਰਹੇ ਆ ਇਸ ਪੱਤਰਾਚਾਰ ਦੇ ਵਿੱਚ ਤੁਸੀਂ ਦੱਸੋ ਫਗਵਾੜੇ ਨੂੰ ਤੁਸੀਂ 10 ਸਾਲ ਦੀ ਸੱਤਾ 'ਚ ਜ਼ਿਲ੍ਹਾ ਕਿਉਂ ਨਹੀਂ ਬਣਾਇਆ। ਔਰ ਮਾਨਯੋਗ ਜਿਹੜੇ ਕਾਂਗਰਸ ਦੇ ਕੈਬਨਿਟ ਮੰਤਰੀ ਆ ਉਹ ਮੁੱਖ ਮੰਤਰੀ ਨੂੰ ਲਵ ਲੈਟਰ ਲਿਖਣ ਲੱਗੇ ਹੋਏ ਕਿ ਬਟਾਲੇ ਨੂੰ ਜ਼ਿਲ੍ਹਾ ਬਣਾਇਆ ਜਾਵੇ ਅਤੇ ਫਿਰ ਮਹਾਰਾਜ ਸਰਕਾਰ ਹੋਵੇ ਬਹੁਜਨ ਸਮਾਜ ਪਾਰਟੀ ਦੀ ਅਤੇ ਨੋਟੀਫਿਕੇਸ਼ਨ ਕਰਕੇ ਦੱਸੇ ਕਿਹੜੇ ਨੂੰ ਕਿਹੜਾ ਜ਼ਿਲ੍ਹਾ ਬਣਾ ਰਹੇ ਆ ਅਤੇ ਕਿਸ ਜ਼ਿਲ੍ਹੇ ਦਾ ਨਾਂ ਕੀ ਰੱਖ ਰਹੇ ਆ। ਉੱਤਰ ਪ੍ਰਦੇਸ਼ ਦੇ ਵਿੱਚ ਭੈਣ ਕੁਮਾਰੀ ਮਾਇਆਵਤੀ ਜੀ ਨੇ ਸੰਤ ਕਬੀਰ ਨਗਰ ਬਣਾਇਆ ਬਾਬਾ ਸਾਹਿਬ ਅੰਬੇਡਕਰ ਨਗਰ ਬਣਾਇਆ ਸ਼ਹੀਦ ਊਧਮ ਸਿੰਘ ਨਗਰ ਬਣਾਇਆ ਇੱਦਾਂ ਦੇ 12-15 ਜ਼ਿਲ੍ਹੇ ਗੁਰੂਆਂ ਮਹਾਂਪੁਰਸ਼ਾਂ ਦੇ ਨਾਮ 'ਤੇ ਬਣਾਏ ਆ। ਲੇਕਿਨ ਕਾਂਗਰਸ ਭਾਜਪਾ ਦੀ ਹਕੂਮਤ ਨੇ ਆਜ਼ਾਦੀ ਦੇ 74 ਸਾਲਾਂ 'ਚ ਗੁਰੂਆਂ ਮਹਾਂਪੁਰਸ਼ਾਂ ਦੇ ਨਾਂ 'ਤੇ ਕਿਸੇ ਵੀ ਜ਼ਿਲ੍ਹੇ ਦਾ ਨਿਰਮਾਣ ਨਹੀਂ ਕੀਤਾ ਚੱਜ ਦੇ ਨਾਲ। ਬਹੁਜਨ ਸਮਾਜ ਪਾਰਟੀ ਪੰਜਾਬੀਆਂ ਦੀ ਲੜਾਈ ਲੜੇਗੀ ਔਰ ਜਿਹੜਾ ਇਹ ਪੰਜਾਬੀਆਂ ਨੂੰ ਇਹ ਗੁੰਮਰਾਹ ਕਰ ਰਹੇ ਆ ਲਵ ਲੈਟਰ ਚਿੱਠੀ ਪੱਤਰ ਲਿਖ ਲਿਖ ਕੇ ਇਹਨਾਂ ਦਾ 2022 'ਚ ਮਜ਼ਾ ਚੱਖਦੇ ਨੇ। ਜਿਹੜਾ ਦੇਖੋ ਕੈਪਟਨ ਅਮਰਿੰਦਰ ਸਿੰਘ ਜੀ ਮੁੱਖ ਮੰਤਰੀ ਆ ਪੰਜਾਬ ਦੇ ਲੇਕਿਨ ਇਹਨੂੰ ਬੰਬੇ ਭੇਜਣਾ ਚਾਹੀਦਾ ਜਾਂ ਇਹਨੂੰ ਆਸਟ੍ਰੇਲੀਆ ਔਰ ਜਾਂ ਕੈਨੇਡਾ ਭੇਜਣਾ ਚਾਹੀਦਾ ਕਿਉਂਕਿ ਉੱਥੇ ਹੋਟਲ ਦੀ ਬੜੀ ਡਿਮਾਂਡ ਹੈ ਸ਼ੈਫ ਬੜੇ ਚਾਹੀਦੇ ਉਹਨਾਂ ਨੂੰ। ਮੁੱਖ ਮੰਤਰੀ ਤਾਂ ਇਸ ਕੰਮ ਲਈ ਬਣਾਇਆ ਸੀਗਾ ਘਰ ਘਰ ਨੌਕਰੀ ਮਿਲਣੀ ਚਾਹੀਦੀ ਇਹ ਉੱਥੇ ਚਿਕਨ ਲੈਗ ਪੀਸ ਬਣਾਉਣ ਲੱਗ ਪਿਆ। ਮੁੱਖ ਮੰਤਰੀ ਇਸ ਕਰਕੇ ਬਣਾਇਆ ਸੀਗਾ ਕਿ ਪੰਜਾਬ ਦੀ ਧਰਤੀ ਤੋਂ ਨਸ਼ੇ ਖਤਮ ਕਰਨੇ ਆ ਲੇਕਿਨ ਇਹ ਉੱਥੇ ਮਿਰਚ ਮਸਾਲੇ ਲੱਭਣ ਲੱਗ ਪਿਆ ਤੇ ਮੁੱਖ ਮੰਤਰੀ ਦੀ ਕੁਰਸੀ ਤੇ ਬੈਠ ਕੇ ਜੇ ਮਿਰਚ ਮਸਾਲੇ ਲੈਗ ਪੀਸ ਐਗ ਪੀਸ ਚਿਕਨ ਪੀਸ ਪਤਾ ਨਹੀਂ ਕਿਹੜੇ ਕਿਹੜੇ ਪੀਸ ਬਣਾਉਣੇ ਆ ਤੇ ਫਿਰ ਮੁੱਖ ਮੰਤਰੀ ਦਾ ਕਿਆ ਫਾਇਦਾ ਬਣਦਾ। ਕੀ ਸੀਗਾ ਵੀ ਕਿਉਂ ਪਾਈ ਗਈ ਸੀ ਫੋਟੋ ਕੀ ਸੋਚ ਕੇ ਪਾਈ ਹੋਈ ਸੀ। देखो मैं तो बेनती करता कि बहुजन समाज पार्टी जिस दिन सत्ता में आएगी कैप्टन अमरिंदर सिंह जी नू ऑस्ट्रेलिया कनेडा के वधिया रेस्टोरेंट का शेफ वाला अपॉइंटमेंट लैटर देंगे।